राजपाल साहब नूं चिट्ठी लिख रहे ने ते चिट्ठियां पहलां भी काफी चर्चा दे विच रहियां पर हुण उन्होंने एक अहम नुकता चुकिया। कह रहे ने कि साथों नहीं चुप हुंदा हुण कर्जे दा बोझ। प्रवीण जी तुहाडी गल बिल्कुल दुरुस्त है। कोई दौर सीगा जदों पंजाब दे राजपाल मुख्यमंत्री चिट्ठियां लिखदे सी और मुख्यमंत्री साहब जवाब नहीं दिंदे सी, कहिंदे सी मैनूं लव लैटर लिखदे आ। हाँ पर हुण वाली चिट्ठी खूब चर्चा च है क्योंकि हुण चिट्ठी मुख्यमंत्री भगवंत मान ने राजपाल नूं लिखी है ते चिट्ठी लिख के उन्होंने एक तरह तरला मारिया। बेशक वह तरला जायज है क्योंकि केंद्र वालों धक्के नाल पंजाब दा पेंडू विकास फंड रोकया गया जी। उस पेंडू विकास फंड नूं रिलीज कराउण लई मुख्यमंत्री भगवंत मान ने राजपाल नूं अपील कीती है कि तुसी साडा फंड रिलीज कराओ जी। ते उस रिलीज कराउण दे हवाले नाल उस पेंडू विकास फंड दे हवाले नाल उन्होंने गल कही है कि पंजाब हुण करजे दा बोझ झलण दा दम नहीं रखदा। ये बेशक वक्री गल है कि सरकार आउण तों बाद करजे दी मदद साडी होर वध गई है। 3000 करोड़ रुपया हर महीने पंजाब सरकार औसतन करजा लै रही आ। ओह तों बिना जिहड़े प्राइवेट करजे चक्के जा रहे ने ओह वक्खरे ने। ਇਹ ਸਾਰੇ ਵਰਤਾਰੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਪੇਂਡੂ ਵਿਕਾਸ ਫੰਡ ਜਿਹੜਾ ਸਾਡਾ ਫਸਿਆ ਹੋਇਆ ਉਹ ਜਾਣ ਬੁੱਝ ਕੇ ਪਹਿਲਾਂ ਉਹਦੇ ਪੈਸੇ ਪ੍ਰਤੀਸ਼ਤ ਘਟਾਇਆ ਗਿਆ, 3% ਤੋਂ ਘਟਾ ਕੇ 2% ਕਰ ਦਿੱਤਾ ਗਿਆ, ਜਿਹਦੇ ਕਾਰਨ ਸਾਡਾ ਕਰੀਬ ਉੱਥੇ 5600 ਕਰੋੜ ਦੇ ਕਰੀਬ ਹੈ। ਉਹ ਕਹਿੰਦੇ ਕਿ ਜਿਹੜਾ ਪੈਸਾ ਫਸਿਆ, ਜਿਹੜੇ ਪੁਰਾਣੇ ਅੰਕੜੇ ਆ ਰਹੇ ਸੀ ਕਿ 4000 ਕਰੋੜ ਦੇ ਕਰੀਬ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਲਿਖੀ ਆ ਰਾਜਪਾਲ ਨੂੰ, ਉਹਦੇ ਵਿੱਚ ਉਹਨਾਂ ਨੇ ਹਵਾਲਾ ਕੀਤਾ ਕਿ ਕੇਂਦਰ ਸਰਕਾਰ ਨੇ 5637.4 ਕਰੋੜ ਰੁਪਈਆ ਪੇਂਡੂ ਵਿਕਾਸ ਫੰਡ ਸਾਡਾ ਜਾਰੀ ਨਹੀਂ ਕੀਤਾ। ਸੋ ਉਸ ਦੀ ਮੰਗ ਕਰਦਿਆਂ ਹੋਏ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਮੌਕੇ ਮੰਡੀ ਬੋਰਡ ਤੇ ਪੇਂਡੂ ਵਿਕਾਸ ਬੋਰਡ ਜਿਹੜੇ ਦੋ ਅਦਾਰੇ ਨੇ ਉਹ ਦੋ ਅਦਾਰੇ ਕਹਿੰਦੇ ਕਿ ਪੈਸੇ ਦੇਣ ਤੋਂ ਅਸਮਰਥ ਨੇ, ਉਹ ਕਰਜ਼ੇ ਦਾ ਬੋਝ ਲਾਉਣ ਤੋਂ ਅਸਮਰਥ ਨੇ, ਉਹਨਾਂ ਦੇ ਪੱਲੇ ਮਤਲਬ ਕਿ ਤਾਰਨ ਲਈ ਕੁਛ ਨਹੀਂ ਹੈਗਾ, ਇਸ ਲਈ ਸਾਡਾ ਜਿੰਨੀ ਛੇਤੀ ਹੋ ਸਕਦਾ ਪੇਂਡੂ ਵਿਕਾਸ ਫੰਡ ਰਿਲੀਜ਼ ਕਰਾਓ। ਤੇ ਬਕਾਇਦਾ ਤੌਰ ਤੇ ਉਹਨਾਂ ਨੇ ਹਵਾਲਾ ਦਿੱਤਾ ਸਾਰਾ ਚਿੱਠੀ ਦੇ ਵਿੱਚ, ਜ਼ਿਕਰ ਕੀਤਾ ਕਿ ਇੰਨਾ ਪੈਸਾ ਪੰਜਾਬ ਦਾ 2 ਸੀਜ਼ਨ ਪਹਿਲੇ ਸੀ, 4 ਸੀਜ਼ਨ ਹੋਰ ਹੋ ਗਏ, ਉਹ ਤੋਂ ਬਾਅਦ 50% ਘਟਾਇਆ ਤੁਸੀਂ, ਉਹਦੇ ਨਾਲ ਸਿੱਧਾ ਸਾਡੇ ਸਾਨੂੰ ਕਹਿੰਦੇ 265 ਕਰੋੜ ਦਾ ਨੁਕਸਾਨ ਝੱਲਣਾ ਪਿਆ ਜਿਹੜਾ ਹੁਣ ਤੱਕ ਪੈਸਾ ਬਣਦਾ ਉਹਦੇ ਵਿੱਚੋਂ। ਮਤਲਬ ਜੇ 3% ਹੁੰਦਾ ਤਾਂ ਸਾਡਾ 265 ਕਰੋੜ ਸਾਨੂੰ ਹੋਰ ਆਉਣਾ ਸੀ ਜਿਹੜਾ ਹੁਣ ਆ ਰਿਹਾ ਪੈਸਾ ਜਾਂ ਮਿਲਣਾ ਜਿਹੜਾ, ਪਰ ਉਹ ਕਹਿੰਦੇ 265 ਕਰੋੜ ਵੀ ਤੁਸੀਂ ਗੋਲ ਕਰ ਲਿਆ ਤੇ 2% ਦੇ ਹਵਾਲੇ ਨਾਲ ਵੀ ਜਿਹੜਾ ਸਾਡਾ ਬਣਦਾ ਤੁਸੀਂ ਉਹ ਵੀ ਰਿਲੀਜ਼ ਨਹੀਂ ਕਰ ਰਹੇ। ਸੋ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਹੁਣ ਵਾਇਆ ਰਾਜਪਾਲ, ਮਤਲਬ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਮਝ ਆ ਗਈ ਜਾਂ ਸਲਾਹਕਾਰਾਂ ਨੂੰ ਸਮਝ ਆ ਗਈ ਕਿ ਭਾਈ ਚੈਨਲ ਦੇ ਥਰੂ ਹੀ ਜਾਣਾ ਪੈਣਾ ਰਾਜਪਾਲ ਨੂੰ ਬਾਈਪਾਸ ਕਰਕੇ। ਬੇਸ਼ੱਕ ਸਿੱਧੀ ਅਪਰੋਚ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ, ਅਮਿਤ ਸ਼ਾਹ ਤੱਕ ਸਿੱਧੀ ਪਹੁੰਚ ਹੈ, ਰਾਜਨਾਥ ਸਿੰਘ ਤੱਕ ਸਿੱਧੀ ਪਹੁੰਚ ਹੈ, ਕਹਿੰਦੇ ਨਰਿੰਦਰ ਮੋਦੀ ਤੱਕ, ਪਰ ਉਹਦੇ ਬਾਵਜੂਦ ਵੀ ਪੈਸਾ ਰਿਲੀਜ਼ ਨਹੀਂ ਹੋ ਰਿਹਾ। ਉਹਦਾ ਕਾਰਨ ਹੁਣ ਤਾਂ ਇਹ ਵੀ ਮੰਨਿਆ ਜਾਣ ਲੱਗਿਆ ਕਿ ਇੰਡੀਆ ਗੱਠਜੋੜ 'ਚ ਪੈਰ ਧਰ ਰਹੇ ਨੇ ਤੇ ਇਸ ਲਈ ਵੀ ਬੀਜੇਪੀ ਹੁਣ ਇਹਨਾਂ ਤੋਂ ਬਿਲਕੁਲ ਲੀਕ ਖਿੱਚ ਕੇ ਚੱਲ ਰਹੀ ਆ ਤੇ ਅੱਜ ਕੱਲ੍ਹ ਤਾਂ ਉਹਨਾਂ ਦੇ ਲੀਡਰ ਵੀ ਪੱਟਣੇ ਸ਼ੁਰੂ ਕਰਤੇ, ਜਿਵੇਂ ਕੱਲ ਅਰੁਣ ਨਾਰੰਗ ਇੱਧਰ ਲਿਆਂਦਾ। ਸੋ ਇਸ ਲਈ ਕਹਿੰਦੇ ਕਿ ਭਾਜਪਾ ਹੁਣ ਕੇਜਰੀਵਾਲ ਦੀ ਟੀਮ ਤੋਂ ਬਹੁਤ ਨਾਰਾਜ਼ ਆ ਤੇ ਭਗਵੰਤ ਮਾਨ ਕੇਜਰੀਵਾਲ ਦੀ ਟੀਮ ਦੇ ਮੁੱਖ ਹਿੱਸਾ ਨੇ, ਉਹਦਾ ਨੁਕਸਾਨ ਇੱਕ ਵਾਰ ਫਿਰ ਪੰਜਾਬ ਨੂੰ ਝੱਲਣਾ ਪੈਣਾ ਕਿਉਂਕਿ ਪੰਜਾਬ ਦੇ ਲਈ ਭਾਜਪਾ ਪਹਿਲਾਂ ਹੀ ਮਤਲਬ ਕਿ ਮਤਰਿਆ ਪੁੱਤ ਹੈ। ਸੋ ਭਾਜਪਾ ਪਹਿਲਾਂ ਜਾਂ ਪਹਿਲੀਆਂ ਸਰਕਾਰਾਂ ਕਾਂਗਰਸ ਨੇ ਵੀ ਕਦੇ ਸਾਨੂੰ ਗੱਲ ਨਹੀਂ ਲਾਇਆ ਕੇਂਦਰ ਨੇ, ਸੋ ਇਸ ਲਈ ਪੰਜਾਬ ਨਾਲ ਹਮੇਸ਼ਾ ਧੋਖਾ ਹੀ ਹੁੰਦਾ ਰਿਹਾ, ਉਹ ਧੋਖਾ ਇੱਕ ਵਾਰ ਫਿਰ ਹੋ ਰਿਹਾ। ਪਰ ਇਹਦਾ ਦੂਆ ਅੰਗ ਪਹਿਲੂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਵਾਇਆ ਰਾਜਪਾਲ ਜਾ ਰਹੇ ਨੇ, ਜਿਹਨੂੰ ਕਹਿੰਦੇ ਸੀ ਕਿ ਤੂੰ ਚੁਣਿਆ ਹੋਇਆ ਥੋੜਾ ਹੈ, ਮੈਂ ਇਲੈਕਟਡ ਹਾਂ ਤੂੰ ਸਿਲੈਕਟਡ ਹੈ, ਹੁਣ ਉਸੇ ਸਿਲੈਕਟਡ ਨੂੰ ਚਿੱਠੀ ਖੁਦ ਲਿਖ ਰਹੇ ਜਿਹਦੀਆਂ ਚਿੱਠੀਆਂ ਨੂੰ ਲਵ ਲੈਟਰ ਦੱਸਦੇ ਸੀ। ਸੋ ਇਹ ਸਿਆਸਤ ਦੇ ਵਿੱਚ ਜਾਂ ਮਜਬੂਰੀਆਂ ਦੇ ਵਿੱਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਰ ਤੇ ਜਾਣਾ ਪੈਂਦਾ ਉਹਦੀ ਵੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਫੰਡ ਨੂੰ ਜਾਰੀ ਕਰਾਉਣ ਦੇ ਲਈ ਬਨਵਾਰੀ ਲਾਲ ਪ੍ਰੋਹਿਤ ਨੂੰ ਇੱਕ ਚਿੱਠੀ ਲਿਖੀ। ਉਸ ਚਿੱਠੀ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ 5637.4 ਕਰੋੜ ਰੁਪਈਆ ਸਾਡਾ ਰੋਕਿਆ ਹੋਇਆ ਹੈ। ਉਹ ਕਹਿੰਦੇ ਇਹ ਮੁੱਦਾ ਮੈਂ ਰਾਸ਼ਟਰਪਤੀ ਕੋਲ ਵੀ ਚੁੱਕ ਚੁੱਕਿਆ, ਮੈਂ ਪ੍ਰਧਾਨ ਮੰਤਰੀ ਕੋਲ ਵੀ ਚੁੱਕ ਚੁੱਕਿਆ, ਮੇਰਾ ਵਿੱਤ ਮੰਤਰਾਲਾ ਹਰਪਾਲ ਚੀਮਾ ਹੋਰੀ, ਮੈਂ ਸਾਡੇ ਚੀਫ ਸੈਕਟਰੀ ਖੁਦ ਚਿੱਠੀਆਂ ਦਰ ਚਿੱਠੀਆਂ ਲਿਖ ਚੁੱਕਿਆ, ਪਰ ਕੇਂਦਰ ਸਾਡੀ ਕਹਿੰਦੀ ਰੁੱਖ ਨਹੀਂ ਕਰ ਰਿਹਾ ਤੇ ਸਥਿਤੀ ਸਾਡੀ ਇਹ ਹੈ ਕਿ ਸਾਡਾ ਮੰਡੀ ਬੋਰਡ ਤੇ ਪੇਂਡੂ ਵਿਕਾਸ ਬੋਰਡ ਹੈ ਜਿਹੜਾ ਪੇਂਡੂ ਵਿਕਾਸ ਬੋਰਡ ਜਿਹੜਾ ਉਹ ਕਰਜ਼ਾ ਵਾਪਸ ਕਰਨ ਦੇ ਅਸਮਰਥ ਆ। ਕਹਿੰਦੇ ਸਾਡੇ ਹੱਥ ਖੜੇ ਆ, ਅਸੀਂ ਹੁਣ ਕਰਜ਼ਾ ਨਹੀਂ ਮਤਲਬ ਵਾਪਸ ਕਰ ਸਕਦੇ। ਸੋ ਇਸ ਮਾਮਲੇ ਨੇ ਇੱਕ ਨਵੀਂ ਚਿੰਤਾ ਖੜੀ ਕੀਤੀ ਹੈ ਕਿ ਕੀ ਸਿਰਫ ਇਹ ਕਰਜ਼ਾ ਜਾਂ ਕੁੱਲ ਪੰਜਾਬ ਜਿਹੜਾ ਕਰਜ਼ਾ ਹੀ ਆ ਉਹਦੇ ਕਰਜ਼ੇ ਤੋਂ ਵੀ ਹੁਣ ਪੰਜਾਬ ਦੇ ਹੱਥ ਖੜੇ ਹੋ ਰਹੇ ਨੇ, ਜਦੋਂ ਕਿ ਉਸ ਕਰਜ਼ੇ ਨੂੰ ਵਧਾਉਣ ਦੇ ਵਿੱਚ ਜਿੰਨਾ ਬਾਦਲਾਂ ਦਾ ਯੋਗਦਾਨ ਹੈ, ਜਿੰਨਾ ਕੈਪਟਨ ਚੰਨੀ ਦਾ ਯੋਗਦਾਨ ਆ, ਉਹਦੇ ਨਾਲੋਂ ਵੱਧ ਯੋਗਦਾਨ ਹੁਣ ਭਗਵੰਤ ਮਾਨ ਦਾ ਵੀ ਆ। ਜਿਸ ਤਰ੍ਹਾਂ ਦੀ ਐਸ਼ਪ੍ਰਸਤੀ, ਕਿਉਂਕਿ ਇਹਨਾਂ ਨੇ ਬੜੀ ਸਾਦਗੀ ਵਾਲਾ ਲੋਕਾਂ ਨੂੰ ਹਵਾਲਾ ਦਿੱਤਾ, ਤੁਹਾਡੇ ਵਰਗੇ ਆ, ਤੁਹਾਡੇ ਚੋਂ ਆਏ ਆ, ਸਾਡੇ ਤੇ ਕੋਈ ਬੋਝ ਨਹੀਂ,
ਤੇ ਉਹੀ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਪੰਜ ਕੋਠੀਆਂ ਹੋਣ, ਉਹੀ ਮੁੱਖ ਮੰਤਰੀ ਸਾਹਿਬ ਦੇ ਕੋਟੇ ਚੋਂ ਹੀ ਸਿਕਿਉਰਟੀਆਂ ਦਿੱਲੀ ਵਾਲਿਆਂ ਨੂੰ ਮਿਲੀਆਂ ਹੋਣ, ਉਹੀ ਮੁੱਖ ਮੰਤਰੀ ਸਾਹਿਬ ਦੇ ਕੋਲ 45-45 ਗੱਡੀਆਂ ਚੱਲਦੀਆਂ ਹੋਣ, ਸੋ ਇਸ ਹਵਾਲੇ ਨਾਲ ਚਰਚਾ ਤਾਂ ਆਊਗੀ ਹੋ ਜਾਣਾ, ਫਿਰ ਕਰਜ਼ੇ ਦਾ ਬੋਝ ਕੌਣ ਵਧਾ ਰਿਹਾ। ਤੇ ਦੂਏ ਪਾਸੇ ਕੇਂਦਰ ਜਿਹੜਾ ਅੜੀ ਤੇ ਅੜਿਆ ਕਿ ਪੇਂਡੂ ਵਿਕਾਸ ਫੰਡ ਪਿੰਡਾਂ ਲਈ ਹੁੰਦਾ, ਆਪਾਂ ਲਗਾਤਾਰ ਇਹਦੀ ਗੱਲ ਕਰਦੇ ਰਹੇ ਹਾਂ ਕਿ ਇਹਦੇ ਨਾਲ ਪੰਜਾਬ ਦੀਆਂ ਮੰਡੀਆਂ ਮੁੱਕ ਜਾਣੀਆਂ, ਜੇ ਲਿੰਕ ਸੜਕਾਂ ਮੁੱਕਣ ਦਾ ਮਤਲਬ ਇਹ ਆ ਕਿ ਕੇਂਦਰ ਹੁਣ ਮੰਡੀਆਂ ਮੁਕਾਉਣਾ ਚਾਹੁੰਦਾ, ਉਹ ਕਹਿੰਦਾ ਕਿ ਅਵਾਨੀ ਅਡਾਨੀਆਂ ਦੇ ਗੋਦਾਮਾਂ ਤੇ ਹੀ ਜਾਓ, ਉਹ ਗੋਦਾਮ ਜਿਹੜੇ ਸਰਕਾਰੀ ਗੋਦਾਮ ਸੀ ਉਹਨਾਂ ਨੂੰ ਦੇ ਦਿੱਤੇ ਗਏ ਨੇ ਕੰਟਰੈਕਟ ਤੇ, ਉਹ ਹੁਣ ਉਹਨਾਂ ਦੇ ਸੀਲੋ ਚ ਬਦਲ ਗਏ ਨੇ, ਸੋ ਕਿਸਾਨਾਂ ਨੂੰ ਸਿੱਧਾ ਉੱਥੇ ਭੇਜਣ ਦੇ ਹਵਾਲੇ ਨਾਲ ਇਹ ਵੀ ਮੰਨਿਆ ਜਾ ਰਿਹਾ ਕਿ ਲਿੰਕ ਸੜਕਾਂ ਦੇ ਵਿਕਾਸ ਦੇ ਕੰਮ ਮੰਡੀਆਂ ਦੇ ਭੋਗ ਪਾਉਣ ਦੇ ਤਰੀਕੇ ਇਹ ਨੇ ਕਿ ਪੇਂਡੂ ਵਿਕਾਸ ਫੰਡ ਰੋਕ ਲਓ। ਸੋ ਹੁਣ ਭਗਵੰਤ ਮਾਨ ਦੀ ਚਿੱਠੀ ਕਿੰਨੀ ਕਾਰਗਰ ਸਾਬਤ ਹੋਏਗੀ ਜੀ, ਜਾਂ ਇਹ ਥਰੂ ਚੈਨਲ ਜਾਣ ਕਰਨ ਕੀ ਰਾਜਪਾਲ ਨਾਲ ਰਿਸ਼ਤੇ ਹੁਣ ਸੁਖਾਵੇਂ ਚਾਹੁੰਦੇ ਨੇ, ਉਹ ਕੋਈ ਨਵਾਂ ਵਿਗਾੜ ਨਹੀਂ ਚਾਹੁੰਦੇ, ਜਾਂ ਇੱਕ ਹੋਰ ਹਿੱਲਾ ਹੈ ਕਿ ਕੱਲ ਨੂੰ ਕਹਿਣ ਲਈ ਗੱਲ ਹੋ ਜਾਵੇ ਕਿ ਮੈਂ ਤਾਂ ਰਾਜਪਾਲ ਨੂੰ ਚਿੱਠੀ ਲਿਖ ਕੇ ਦੇਖ ਲਈ ਜੀ, ਸੋ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਖੂਬ ਚਰਚਾ ਚ ਹੈ ਤੇ ਉਮੀਦ ਹੈ ਕਿ ਸ਼ਾਇਦ ਪੇਂਡੂ ਵਿਕਾਸ ਫੰਡ ਇਹ ਚਿੱਠੀ ਰਿਲੀਜ਼ ਕਰਾ ਲਵੇ, ਜੇ ਨਹੀਂ ਹੁੰਦਾ ਤਾਂ ਕੇਂਦਰ ਦਾ ਇੱਕ ਹੋਰ ਪੰਜਾਬ ਨਾਲ ਧੋਖਾ। ਜੀ ਜੀ, ਦੇਖੋ ਇੱਕ ਦਿਨ ਸ਼ਰਮਾ ਜੀ ਤੁਸੀਂ ਉਸ ਦਿਨ ਵੀ ਬੜੇ ਵਧੀਆ ਨੁਕਤੇ ਨੂੰ ਛੋਇਆ ਸੀਗਾ, ਜਿਸ ਦਿਨ ਇਹ ਮਾਨ ਸਾਹਿਬ ਕਹਿੰਦੇ ਸੀ ਅਸੀਂ ਨਹੀਂ ਮੰਗਦੇ ਕੇਂਦਰ ਤੋਂ ਪੈਸੇ, ਨਾ ਅਸੀਂ ਪੈਕੇਜ ਮੰਗੇ, ਸੋ ਮੰਗਦੇ ਕਿਉਂ ਨਹੀਂ ਗਏ, ਤੁਹਾਨੂੰ ਤਾਂ ਕਹਿਣਾ ਪਊਗਾ ਨਾ। ਤੇ ਅੱਜ ਉਹੀ ਦੇਖ ਲਓ ਤੁਸੀਂ ਯੂ ਟਰਨ ਵਾਲੀ ਗੱਲ ਫੇਰ ਆ ਗਈ ਨਾ ਇੱਕ, ਕਿ ਅੱਜ ਤੁਹਾਨੂੰ ਕਰਜ਼ਾ ਵੀ ਯਾਦ ਆ ਗਿਆ, ਔਰ ਇਹ ਹੱਕ ਹੈ ਸ਼ਰਮਾ ਜੀ, ਆਪਾਂ ਉਸ ਦਿਨ ਵੀ ਕਹਿੰਦੇ ਅਸੀਂ ਕੋਈ ਭੀਖ ਨਹੀਂ ਮੰਗਦੇ, ਭੀਖ ਨਹੀਂ ਮੰਗਦੇ, ਪੈਸਾ ਇਕੱਠਾ। ਹਾਂਜੀ, ਆਪਾਂ ਬਾਰ ਬਾਰ ਇਹ ਗੱਲ ਕਰਦੇ ਰਹੇ ਹਾਂ ਕਿ ਕੇਂਦਰ ਕੋਲ ਕੋਈ ਫੈਕਟਰੀ ਲੱਗੀ ਹੈ ਨੋਟਾਂ ਦੀ, ਕੇਂਦਰ ਕੋਲ ਪੈਸਾ ਕਿੱਥੋਂ ਆਉਂਦਾ? ਜੀ ਜੀ ਜੀ, ਸੂਬਿਆਂ ਤੋਂ ਟੈਕਸ ਵਸੂਲੀ ਦਾ ਪੈਸਾ ਆਉਂਦਾ, ਹੋਰ ਕਿੱਥੋਂ ਆਉਂਦਾ? ਬਿਲਕੁਲ ਜੀ ਬਿਲਕੁਲ। ਕਿੰਨੇ ਵਿਭਾਗ ਉਹ ਨੇ ਜਿਹੜੇ ਪੰਚਾਇਤੀਆਂ ਤੇ ਉਹਨਾਂ ਦੇ ਕਬਜ਼ਾ ਕੀਤਾ ਜਦ ਕਿ ਉਹ ਹੱਕ ਪੰਚਾਇਤਾਂ ਦਾ ਬਣਦਾ ਸੀ, ਕਿੰਨੇ ਵਿਭਾਗ ਉਹ ਨੇ ਜਿਹੜੇ ਸੂਬਿਆਂ ਦੇ ਅਧਿਕਾਰ ਖੇਤਰ ਚ ਉਹਨਾਂ ਨੂੰ ਧੱਕੇ ਨਾਲ ਆਪਣੇ ਕੋਲ ਲਈ ਬੈਠੇ ਨੇ, ਉਹ ਜਿਵੇਂ ਕਿਸਾਨੀ ਵਾਲੇ ਨੂੰ ਖੇਤੀਬਾੜੀ ਨੂੰ ਆਪਣੇ ਕੰਟਰੋਲ ਚ ਕਰਨ ਨੂੰ ਫਿਰਦੇ ਸੀ ਨਾ, ਤਿੰਨ ਖੇਤੀ ਸਮਾਰਾ ਹੀ, ਸੋ ਇਸ ਲਈ ਉਹ ਕੰਟਰੋਲ ਚਾਹੇ ਆਪਣੇ ਕੋਲ ਲੈਂਦੇ ਰਹਿਣ ਪਰ ਫੰਡ ਤਾਂ ਪਿੰਡਾਂ ਚੋਂ ਸ਼ਹਿਰਾਂ ਚੋਂ ਦੇਸ਼ ਚੋਂ ਆਉਂਦਾ ਨਾ, ਤੇ ਦੇਸ਼ ਦੇ ਵਿੱਚ ਕੋਈ ਵੀ ਪਿੰਡ, ਕੋਈ ਵੀ ਸ਼ਹਿਰ, ਕੋਈ ਵੀ ਕਸਬਾ ਕਿਸੇ ਸੂਬੇ ਚ ਤਾਂ ਪੈਂਦਾ ਹੋਊਗਾ ਨਾ। ਹਾਂਜੀ ਹਾਂਜੀ, ਤੇ ਉਸ ਸੂਬੇ ਤੋਂ ਟੈਕਸ ਵਸੂਲੀ ਦਾ ਮਤਲਬ ਸੂਬਿਆਂ ਦੇ ਪੈਸੇ ਨਾਲ ਕੇਂਦਰ ਚੱਲਦਾ ਤੇ ਸੂਬਿਆਂ ਨੂੰ ਇਹ ਧੌਣ ਸਿਖਾਉਂਦਾ ਜੀ, ਸੋ ਇਸ ਦੇ ਉੱਤੇ ਸੂਬਿਆਂ ਨੂੰ ਸਮਝਣਾ ਪੈਣਾ ਕਿ ਸੂਬੇ ਖੁਦ ਮੁਖਤਿਆਰੀ ਦੇ ਲਈ ਸਾਹਮਣੇ ਆਉਣ ਕਿ ਭਾਈ ਸਾਡਾ ਹੱਕ ਹੈ, ਤੁਸੀਂ ਦੇਸ਼ ਚਲਾਉਣ ਦੇ ਲਈ ਜੋ ਚਾਹੀਦਾ ਸਾਤੋਂ ਲੈ ਕੇ ਜਾਓ, ਨਾ ਕਿ ਅਸੀਂ ਤੁਹਾਨੂੰ ਸਾਰਾ ਦੇ ਕੇ ਆਪਣਾ ਹਿੱਸਾ ਮੰਗੀਏ, ਇਸ ਗੱਲ ਤੇ ਆਉਣਾ ਪੈਣਾ ਸੂਬਿਆਂ ਨੂੰ। ਜੀ ਜੀ ਜੀ,